ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੀਰ ਬਣਾਵਾਂਗੇ। ਇਹ ਖੀਰ ਆਮ ਖੀਰ ਦੇ ਨਾਲੋਂ ਆਪਾਂ ਇਸ ਨੂੰ ਥੋੜ੍ਹੇ ਵੱਖਰੇ ਤਰੀਕੇ ਦੇ ਨਾਲ ਬਣਾਵਾਂਗੇ। ਚਲੋ ਜੀ ਆਪਾਂ ਵੇਖ ਲੈਂਦੇ ਹਾਂ ਇਹ ਖੀਰ ਕਿਵੇਂ ਬਣਦੀ ਹੈ। ਇਸ ਦੇ ਲਈ ਆਪਾਂ ਇੱਥੇ ਇੱਕ ਗਲਾਸ ਚੌਲ ਲਏ ਨੇ। ਜਿੰਨੀ ਕੁ ਆਪਾਂ ਖੀਰ ਬਣਾਉਣੀ ਹੋਏਗੀ ਉਨੇ ਕੁ ਚੌਲ ਲੈ ਲਵਾਂਗੇ। ਉਸੇ ਗਲਾਸ ਦੇ ਨਾਲ ਆਪਾਂ ਅੱਧਾ ਗਲਾਸ ਹੋਰ ਚੌਲ ਪਾਵਾਂਗੇ। ਇਹ ਚੌਲ ਇਸ ਤਰੀਕੇ ਦੇ ਨੇ, ਇਹ ਵਾਲੇ ਛੋਟੇ ਚੌਲ ਲਏ ਨੇ ਆਪਾਂ ਇਹ ਖੀਰ ਬਣਾਉਣ ਦੇ ਲਈ। ਚੌਲਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ ਕਰ ਲਵਾਂਗੇ, ਇਹਨਾਂ ਦੇ ਵਿੱਚ ਕੰਕਰ ਵਗੈਰਾ ਹੁੰਦਾ ਹੈ ਕਈ ਵਾਰ। ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਲਿਆ ਹੈ। ਮੈਂ ਚੌਲਾਂ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਸਾਫ ਕਰਕੇ ਰੱਖਿਆ ਸੀ। ਹੁਣ ਆਪਾਂ ਖੀਰ ਬਣਾਵਾਂਗੇ, ਉਸਦੇ ਲਈ ਇਹ ਚੌਲਾਂ ਨੂੰ ਆਪਾਂ ਧੋ ਕੇ ਭਿਉਂ ਕੇ ਰੱਖ ਦੇਵਾਂਗੇ। ਹੁਣ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਅਤੇ ਪਾਣੀ ਦੇ ਵਿੱਚ ਇਸ ਨੂੰ ਭਿਉਂ ਕੇ ਰੱਖ ਦੇਵਾਂਗੇ। ਇਸ ਦੇ ਨਾਲ ਇਹ ਜਲਦੀ ਬਣ ਜਾਣਗੇ, ਖੀਰ ਜਲਦੀ ਬਣ ਕੇ ਤਿਆਰ ਹੋਏਗੀ। ਇਸ ਨੂੰ ਆਪਾਂ ਥੋੜ੍ਹੀ ਦੇਰ ਦੇ ਲਈ ਢੱਕ ਕੇ ਰੱਖ ਦੇਵਾਂਗੇ। ਹੁਣ ਚੌਲ ਫੁੱਲ ਕੇ ਇਸ ਤਰੀਕੇ ਦੇ ਹੋ ਚੁੱਕੇ ਨੇ, ਹੁਣ ਆਪਾਂ ਖੀਰ ਬਣਾਵਾਂਗੇ। ਇੱਥੇ ਆਪਾਂ 2 ਗਲਾਸ ਦੇ ਕਰੀਬ ਦੁੱਧ ਲਿਆ ਹੈ। ਇਹ ਦੁੱਧ ਨੂੰ ਜੇਕਰ ਆਪਾਂ ਗਲਾਸ ਵਿੱਚ ਪਾ ਕੇ ਵੇਖਾਂਗੇ ਤਾਂ 2 ਗਲਾਸ ਹੋਏਗਾ। ਇਹ 2 ਗਲਾਸ ਦੁੱਧ ਹੋਏਗਾ। ਹੁਣ ਆਪਾਂ ਦੁੱਧ ਨੂੰ ਬੋਇਲ ਕਰ ਲਵਾਂਗੇ, ਉਨਾ ਟਾਈਮ ਆਪਾਂ ਖੀਰ ਲਈ ਤਿਆਰੀ ਕਰ ਲੈਂਦੇ ਹਾਂ। ਇੱਥੇ ਆਪਾਂ 1 ਕੌਲੀ ਮਿਲਕ ਪਾਊਡਰ ਲਿਆ ਹੈ। ਉਸੇ ਕੌਲੀ ਦੇ ਨਾਲ ਆਪਾਂ ਅੱਧੀ ਕੌਲੀ ਹੋਰ ਮਿਲਕ ਪਾਊਡਰ ਪਾਵਾਂਗੇ। 1.5 ਕੌਲੀ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਪਾਇਆ ਹੈ। ਇਸ ਨੂੰ ਆਪਾਂ ਬਾਅਦ ਦੇ ਵਿੱਚ ਵੱਡੇ ਬਰਤਨ ਦੇ ਵਿੱਚ ਪਾ ਲਵਾਂਗੇ। ਇੱਕ ਵਾਰੀ ਆਪਾਂ ਇਸ ਬਰਤਨ ਦੇ ਵਿੱਚ ਹੀ ਇਸ ਨੂੰ ਮਿਕਸ ਕਰ ਲਵਾਂਗੇ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ। ਇਸ ਦੇ ਵਿੱਚ ਗੰਢਾਂ ਨਹੀਂ ਪੈਣੀਆਂ ਚਾਹੀਦੀਆਂ। ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਆਪਾਂ ਇਸ ਨੂੰ ਪਾਣੀ ਪਾ ਕੇ ਮਿਕਸ ਕੀਤਾ ਹੈ, ਆਪਾਂ ਦੁੱਧ ਪਾ ਕੇ ਵੀ ਮਿਕਸ ਕਰ ਸਕਦੇ ਹਾਂ। ਅੱਜ ਆਪਾਂ ਸੁੱਕੇ ਦੁੱਧ ਦੀ ਖੀਰ ਬਣਾਵਾਂਗੇ। ਇਸ ਦੇ ਨਾਲ ਖੋਏ ਵਰਗਾ ਟੇਸਟ ਆਏਗਾ ਖੀਰ ਦੇ ਵਿੱਚੋਂ। ਹੁਣ ਇਸ ਨੂੰ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਕੇ ਮਿਕਸ ਕਰ ਲਵਾਂਗੇ ਤਾਂ ਕਿ ਇਹ ਵੱਡੇ ਬਰਤਨ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਇਸ ਨੂੰ ਆਪਾਂ ਚੰਗੀ ਤਰ੍ਹਾਂ ਵਿਸਕ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲੰਬਸ ਨਾ ਪੈਣ। ਜਦੋਂ ਮਿਲਕ ਪਾਊਡਰ ਪਾਉਣ ਦੇ ਨਾਲ ਆਪਣੀਆਂ ਮਿਠਾਈਆਂ ਇੰਨੀਆਂ ਜ਼ਿਆਦਾ ਟੇਸਟੀ ਬਣਦੀਆਂ ਨੇ ਅਤੇ ਆਪਣੀ ਆਮ ਜੀ ਖੀਰ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ, ਬਹੁਤ ਹੀ ਖਾਸ ਬਣ ਕੇ ਤਿਆਰ ਹੋਏਗੀ। ਜਿਸ ਬੋਲ ਦੇ ਵਿੱਚ ਆਪਾਂ ਮਿਲਕ ਪਾਊਡਰ ਨੂੰ ਮਿਕਸ ਕੀਤਾ ਸੀ ਉਸੇ ਬੋਲ ਦੇ ਨਾਲ ਆਪਾਂ 1 ਕੌਲੀ ਹੋਰ ਪਾਣੀ ਇਸ ਦੇ ਵਿੱਚ ਐਡ ਕਰਾਂਗੇ। ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਿਲਕ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਾਣੀ ਪਾ ਕੇ ਅਤੇ ਇਸ ਨੂੰ ਬਿਲਕੁਲ ਪਤਲਾ ਕਰ ਲਵਾਂਗੇ, ਜ਼ਿਆਦਾ ਪਤਲਾ ਵੀ ਨਹੀਂ ਕਰਾਂਗੇ।
ਇਸ ਤਰ੍ਹਾਂ ਦਾ ਆਪਾਂ ਇਸਨੂੰ ਬਣਾ ਲਵਾਂਗੇ ਮਿਕਸ ਕਰਕੇ। ਦੁੱਧ ਨੂੰ ਆਪਾਂ ਬੋਇਲ 'ਤੇ ਗਾੜਾ ਕਰ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ, ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ, ਬਿਲਕੁਲ ਸਕਿੱਪ ਨਾ ਕਰਿਓ ਜੀ ਵੀਡੀਓ ਨੂੰ। ਆਪਾਂ ਇਸ ਦੇ ਵਿੱਚ 2 ਇਲਾਇਚੀਆਂ ਪਾਵਾਂਗੇ ਵਧੀਆ ਟੇਸਟ ਦੇ ਲਈ। ਆਪਾਂ ਇਸ ਦੇ ਵਿੱਚ ਇਲਾਇਚੀ ਪਾਊਡਰ ਵੀ ਪਾ ਸਕਦੇ ਹਾਂ, ਪਰ ਇਸ ਤਰੀਕੇ ਨਾਲ ਜ਼ਿਆਦਾ ਵਧੀਆ ਟੇਸਟ ਆਏਗਾ। ਇਸ ਦੇ ਨਾਲ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਏਗੀ ਅਤੇ ਇਸਦਾ ਟੇਸਟ ਬਹੁਤ ਹੀ ਵਧੀਆ ਆਏਗਾ ਖੀਰ ਦੇ ਵਿੱਚ। ਹੁਣ ਦੁੱਧ ਬੋਇਲ ਵੀ ਹੋ ਚੁੱਕਿਆ ਹੈ ਅਤੇ ਗਾੜਾ ਵੀ ਹੋ ਚੁੱਕਿਆ ਹੈ ਕੜਕੇ। ਹੁਣ ਆਪਾਂ ਇਸ ਦੇ ਵਿੱਚ ਚੌਲ ਪਾਵਾਂਗੇ ਜੋ ਕਿ ਆਪਾਂ ਭਿਉਂ ਕੇ ਰੱਖੇ ਸੀ। ਜਦੋਂ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਕੇ ਇਸ ਦੇ ਵਿੱਚ ਚੌਲ ਪਾਵਾਂਗੇ, ਫਿਰ ਖੀਰ ਖੋਏ ਵਰਗੀ ਬਣੇਗੀ। ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਵੀ ਪਾਵਾਂਗੇ, ਫਿਰ ਖੋਏ ਵਰਗਾ ਟੇਸਟ ਆਏਗਾ ਖੀਰ ਦੇ ਵਿੱਚੋਂ। ਇਹ ਖੀਰ ਦਾ ਟੇਸਟ ਖੋਏ ਨਾਲੋਂ ਘੱਟ ਨਹੀਂ ਹੋਏਗਾ। ਚੌਲਾਂ ਨੂੰ ਦੁੱਧ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਇਹ ਮਿਲਕ ਪਾਊਡਰ ਵੀ ਮਿਕਸ ਹੋ ਕੇ ਤਿਆਰ ਹੈ। ਆਪਾਂ ਮਿਲਕ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਲੰਬਸ ਵਗੈਰਾ ਨਾ ਆ ਰਹਿਣ। ਇਸ ਦੇ ਵਿੱਚ ਆਪਾਂ ਕਸਟਰਡ ਵਗੈਰਾ ਕੁਛ ਹੋਰ ਐਡ ਨਹੀਂ ਕਰਾਂਗੇ। ਜੇਕਰ ਆਪਾਂ ਪਾਉਣਾ ਹੋਏਗਾ ਤਾਂ ਆਪਾਂ ਕਸਟਰਡ ਪਾ ਵੀ ਸਕਦੇ ਹਾਂ। ਵਿੱਚ ਵਿੱਚ ਦੀ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ। ਦੁੱਧ ਬਾਹਰ ਨਾ ਨਿਕਲੇ ਇਸ ਦੇ ਲਈ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ। ਮਿਲਕ ਪਾਊਡਰ ਪਾਉਣ ਦੇ ਨਾਲ ਬਹੁਤ ਹੀ ਟੇਸਟੀ ਅਤੇ ਗਾੜੀ ਗਾੜੀ ਖੀਰ ਬਣ ਕੇ ਤਿਆਰ ਹੁੰਦੀ ਹੈ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੰਗੀ ਤਰ੍ਹਾਂ ਆਪਾਂ ਇਸਨੂੰ ਪਕਾ ਲਵਾਂਗੇ। ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਪਾਵਾਂਗੇ ਜੋ ਆਪਾਂ ਮਿਕਸ ਕਰਕੇ ਰੱਖਿਆ ਸੀ। ਥੋੜ੍ਹਾ ਜਿਹਾ ਮਿਲਕ ਪਾਊਡਰ ਆਪਾਂ ਇਸ ਸਮੇਂ ਪਾਵਾਂਗੇ, ਥੋੜ੍ਹਾ ਜਿਹਾ ਆਪਾਂ ਇਸਨੂੰ ਬਚਾ ਕੇ ਰੱਖ ਲਿਆ ਹੈ, ਬਾਅਦ ਦੇ ਵਿੱਚ ਪਾਵਾਂਗੇ। ਮਿਲਕ ਪਾਊਡਰ ਨੂੰ ਪਾਉਣ ਤੋਂ ਬਾਅਦ ਆਪਾਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।
ਜਿਸ ਤਰੀਕੇ ਦੇ ਨਾਲ ਮਿਲਕ ਪਾਊਡਰ ਪਾਉਣ ਦੇ ਨਾਲ ਮਿਠਾਈਆਂ ਇੰਨੀਆਂ ਟੇਸਟੀ ਬਣਦੀਆਂ ਨੇ ਅਤੇ ਖੀਰ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਵਿੱਚ ਵਿੱਚ ਦੀ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਆਪਾਂ ਇਸ ਦੇ ਵਿੱਚ ਮਿਲਕ ਪਾਊਡਰ ਵੀ ਪਾਇਆ ਹੈ, ਖੀਰ ਬਰਤਨ ਦੇ ਨੀਚੇ ਨਾ ਲੱਗ ਜਾਵੇ, ਇਸ ਦੇ ਲਈ ਆਪਾਂ ਇਸ ਨੂੰ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। ਖੀਰ ਬਣਾਉਣ ਦੇ ਲਈ ਆਪਾਂ ਵਧੀਆ ਜਿਹਾ ਮਿਲਕ ਪਾਊਡਰ ਪਾਵਾਂਗੇ ਇਸ ਦੇ ਵਿੱਚ ਤਾਂ ਕਿ ਖੀਰ ਵਧੀਆ ਬਣੇ। ਜੇਕਰ ਆਪਾਂ ਇਸ ਦੇ ਵਿੱਚ ਵਧੀਆ ਮਿਲਕ ਪਾਊਡਰ ਪਾਵਾਂਗੇ ਤਾਂ ਖੀਰ ਵਧੀਆ ਬਣੇਗੀ, ਟੇਸਟੀ ਬਣੇਗੀ ਅਤੇ ਗਾੜੀ ਗਾੜੀ ਬਣੇਗੀ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ। ਅਸੀਂ ਰੋਜ਼ ਆਪਣੇ ਚੈਨਲ 'ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਹੁਣ ਆਪਾਂ ਇਸ ਦੇ ਵਿੱਚ ਜੋ ਬਾਕੀ ਬਚਿਆ ਹੋਇਆ ਮਿਲਕ ਪਾਊਡਰ ਸੀ ਉਹ ਵੀ ਪਾਵਾਂਗੇ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ। ਹਿਲਾਉਂਦੇ ਹੋਏ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਾਉਣ ਮਹੀਨੇ ਦੇ ਵਿੱਚ ਜਾਂ ਵੈਸੇ ਵੀ ਆਪਾਂ ਖੀਰ ਤਾਂ ਬਣਾਉਂਦੇ ਹੀ ਰਹਿੰਦੇ ਹਾਂ। ਜਿਸ ਬਰਤਨ ਦੇ ਨਾਲ ਆਪਾਂ ਮਿਲਕ ਪਾਊਡਰ ਪਾਇਆ ਸੀ ਉਸ ਦੇ ਵਿੱਚ ਆਪਾਂ ਅੱਧੀ ਕੁ ਕੌਲੀ ਹੋਰ ਪਾਣੀ ਪਾ ਕੇ ਇਸ ਦੇ ਵਿੱਚ ਐਡ ਕਰਾਂਗੇ ਤਾਂ ਕਿ ਮਿਲਕ ਪਾਊਡਰ ਬਰਤਨ ਦੇ ਨਾਲ ਨੀਚੇ ਨਾ ਚਿਪਕ ਜਾਵੇ। ਇਸ ਦੇ ਲਈ ਆਪਾਂ ਥੋੜ੍ਹਾ ਜਿਹਾ ਇਸ ਦੇ ਵਿੱਚ ਪਾਣੀ ਪਾਵਾਂਗੇ ਅਤੇ ਇਸ ਨੂੰ ਪਕਾ ਲਵਾਂਗੇ। ਇਸ ਟਾਈਮ ਚੌਲ ਵੀ ਕੱਚੇ ਨੇ, ਜੇਕਰ ਦੁੱਧ ਜ਼ਿਆਦਾ ਗਾੜਾ ਹੋ ਜਾਏਗਾ ਤਾਂ ਚੌਲ ਕੱਚੇ ਰਹਿ ਜਾਣਗੇ। ਇਸ ਦੇ ਲਈ ਆਪਾਂ ਇਸ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇਸੇ ਤਰ੍ਹਾਂ ਆਪਾਂ ਇਸ ਨੂੰ ਪਕਾ ਲਵਾਂਗੇ। ਆਪਾਂ ਇਸ ਦੇ ਵਿੱਚ ਕੁਝ ਡਰਾਈ ਫਰੂਟ ਵੀ ਪਾਵਾਂਗੇ, ਥੋੜ੍ਹੇ ਜਿਹੇ ਮੈਲਨ ਸੀਡਸ ਪਾਵਾਂਗੇ, ਕਾਜੂ ਪਾਵਾਂਗੇ ਅਤੇ ਬਦਾਮ ਵੀ ਪਾਵਾਂਗੇ। ਇਹ ਸਾਰੇ ਡਰਾਈ ਫਰੂਟ ਪਾਵਾਂਗੇ। ਆਪਾਂ ਆਪਣੀ ਮਨਪਸੰਦ ਅਨੁਸਾਰ ਹੋਰ ਡਰਾਈ ਫਰੂਟ ਵੀ ਇਸ ਦੇ ਵਿੱਚ ਐਡ ਕਰ ਸਕਦੇ ਹਾਂ। ਥੋੜ੍ਹੀ ਥੋੜ੍ਹੀ ਦੇਰ ਦੇ ਬਾਅਦ ਆਪਾਂ ਇਸ ਨੂੰ ਹਿਲਾ ਲਵਾਂਗੇ। ਇਲਾਇਚੀ ਨੂੰ ਆਪਾਂ ਦੁੱਧ ਦੇ ਵਿੱਚ ਸ਼ੁਰੂ ਵਿੱਚ ਹੀ ਪਾਇਆ ਹੈ ਇਸ ਨੂੰ ਬੋਇਲ ਕਰਨ ਸਮੇਂ। ਜਿਵੇਂ ਜਿਵੇਂ ਦੁੱਧ ਗੜੇਗਾ ਇਲਾਇਚੀ ਦਾ ਟੇਸਟ ਵੀ ਬਹੁਤ ਹੀ ਵਧੀਆ ਆਏਗਾ ਅਤੇ ਖੀਰ ਬਹੁਤ ਹੀ ਟੇਸਟੀ ਬਣੇਗੀ। ਆਪਾਂ ਮਿਲਕ ਪਾਊਡਰ ਤੋਂ ਵੀ ਬਹੁਤ ਹੀ ਟੇਸਟੀ ਖੀਰ ਬਣਾ ਕੇ ਤਿਆਰ ਕਰ ਸਕਦੇ ਹਾਂ।
ਜਦੋਂ ਆਪਾਂ ਮਿਲਕ ਪਾਊਡਰ ਪਾ ਕੇ ਖੀਰ ਬਣਾਵਾਂਗੇ ਤਾਂ ਖੀਰ ਖੋਏ ਦੀ ਤਰ੍ਹਾਂ ਬਣੇਗੀ। ਆਪਾਂ ਇਸ ਦੇ ਵਿੱਚ ਆਮ ਦੁੱਧ ਵੀ ਪਾਇਆ ਹੈ। ਜੇਕਰ ਆਪਾਂ ਨੂੰ ਮਿਲਕ ਪਾਊਡਰ ਪਾ ਕੇ ਖੀਰ ਬਣਾਉਣੀ ਨਾ ਪਸੰਦ ਹੋਵੇ ਤਾਂ ਆਪਾਂ ਆਮ ਦੁੱਧ ਤੋਂ ਵੀ ਇਹ ਖੀਰ ਬਣਾ ਸਕਦੇ ਹਾਂ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ 'ਤੇ ਕਸਟਰਡ ਵਾਲੀ ਖੀਰ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ, ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ। ਜੇ ਤੁਹਾਨੂੰ ਖੀਰ ਖਾਣਾ ਪਸੰਦ ਹੈ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਖੀਰ ਬਣਾ ਕੇ ਦੇਖਿਓ ਜੀ, ਇਹ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਦੁੱਧ ਨੂੰ ਆਪਾਂ ਬਾਹਰ ਨਹੀਂ ਨਿਕਲਣ ਦੇਵਾਂਗੇ, ਬਰਤਨ ਦੇ ਵਿੱਚ ਵਿੱਚ ਹੀ ਪਕਾ ਲਵਾਂਗੇ। ਇਸ ਖੀਰ ਨਾਲ ਤੁਸੀਂ ਮਾਲ ਪੂੜੇ ਖਾਓ ਜਾਂ ਵੈਸੇ ਹੀ ਬਣਾਓ, ਇਹ ਬਹੁਤ ਹੀ ਟੇਸਟੀ ਲੱਗੇਗੀ। ਹੁਣ ਆਪਾਂ ਖੀਰ ਦੇ ਵਿੱਚ ਕੁਛ ਡਰਾਈ ਫਰੂਟ ਪਾਵਾਂਗੇ। ਪਹਿਲਾਂ ਆਪਾਂ ਇਸ ਦੇ ਵਿੱਚ ਡਰਾਈ ਮੈਲਨ ਸੀਡਸ ਪਾਵਾਂਗੇ। ਇਸ ਨੂੰ ਆਪਾਂ ਖੀਰ ਦੇ ਵਿੱਚ ਮਿਕਸ ਕਰ ਲਵਾਂਗੇ ਅਤੇ ਪਕਾ ਲਵਾਂਗੇ। ਡਰਾਈ ਫਰੂਟ ਆਪਾਂ ਇਸ ਦੇ ਵਿੱਚ ਆਪਣੀ ਮਨਪਸੰਦ ਅਨੁਸਾਰ ਐਡ ਕਰ ਸਕਦੇ ਹਾਂ। ਜੇਕਰ ਆਪਾਂ ਇਸ ਦੇ ਵਿੱਚ ਡਰਾਈ ਫਰੂਟ ਜ਼ਿਆਦਾ ਪਾਉਣੇ ਹੋਣਗੇ ਤਾਂ ਜ਼ਿਆਦਾ ਵੀ ਪਾ ਸਕਦੇ ਹਾਂ। ਜੇਕਰ ਇਹ ਵੀਡੀਓ ਲੰਬੀ ਲੱਗੇ ਤਾਂ ਤੁਸੀਂ ਕਸਟਰਡ ਵਾਲੀ ਖੀਰ ਦੀ ਰੈਸਪੀ ਵੀ ਦੇਖ ਸਕਦੇ ਹੋ, ਉਹ ਵੀਡੀਓ ਬਹੁਤ ਹੀ ਛੋਟੀ ਹੈ ਅਤੇ ਉਹ ਖੀਰ ਵੀ ਆਪਾਂ ਬਹੁਤ ਹੀ ਵੱਖਰੇ ਤਰੀਕੇ ਨਾਲ ਬਣਾਈ ਹੈ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ। ਬਦਾਮ ਪਾਵਾਂਗੇ। ਕਸਟਰਡ ਵਗੈਰਾ ਪਾ ਕੇ ਤਾਂ ਆਪਾਂ ਖੀਰ ਬਣਾਉਂਦੇ ਅਤੇ ਖਾਂਦੇ ਹੀ ਰਹਿੰਦੇ ਹਾਂ, ਪਰ ਇੱਕ ਵਾਰ ਤੁਸੀਂ ਇਹ ਮਿਲਕ ਪਾਊਡਰ ਪਾ ਕੇ ਖੀਰ ਬਣਾ ਕੇ ਦੇਖਿਓ ਜੀ, ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਕਾਜੂ ਪਾਵਾਂਗੇ। ਸਾਰੇ ਡਰਾਈ ਫਰੂਟਸ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਿੱਤਾ ਹੈ। ਖੀਰ ਨੂੰ ਮਿਕਸ ਕਰਕੇ ਪਕਾ ਲਵਾਂਗੇ। ਖੀਰ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਹੁਣ ਆਪਾਂ ਇਸ ਦੇ ਵਿੱਚ ਚੀਨੀ ਪਾਵਾਂਗੇ। ਚੀਨੀ ਆਪਾਂ ਜਿੰਨਾ ਕੁ ਮਿੱਠਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਪਾਵਾਂਗੇ।
ਦੁੱਧ ਆਪਾਂ ਤਾਜ਼ਾ ਲਵਾਂਗੇ। ਫੁੱਲ ਮਲਾਈ ਫੁੱਲ ਕਰੀਮ ਵਾਲਾ ਦੁੱਧ ਲਵਾਂਗੇ ਗਾੜਾ ਗਾੜਾ, ਫਿਰ ਖੀਰ ਵਧੀਆ ਬਣੇਗੀ। ਜੇਕਰ ਆਪਾਂ ਬੇਹੇ ਦੁੱਧ ਤੋਂ ਇਹ ਖੀਰ ਬਣਾਵਾਂਗੇ ਤਾਂ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੈ ਖੀਰ ਬਣਾਉਣ 'ਤੇ, ਫਿਰ ਉਹ ਦੁੱਧ ਫਟ ਜਾਏਗਾ, ਫਿਰ ਖੀਰ ਟੇਸਟੀ ਨਹੀਂ ਬਣੇਗੀ। ਇਸ ਲਈ ਆਪਾਂ ਤਾਜ਼ੇ ਦੁੱਧ ਤੋਂ ਹੀ ਇਹ ਖੀਰ ਬਣਾਵਾਂਗੇ। ਸਾਈਡਾਂ ਤੋਂ ਵੀ ਆਪਾਂ ਇਸ ਨੂੰ ਇਸ ਤਰੀਕੇ ਦੇ ਨਾਲ ਲਾ ਲਵਾਂਗੇ, ਇਕੱਠਾ ਕਰ ਲਵਾਂਗੇ ਤਾਂ ਕਿ ਇਸ ਦੀਆਂ ਸਾਈਡਾਂ 'ਤੇ ਵੀ ਨਾ ਲੱਗੇ ਦੁੱਧ ਗਾੜਾ ਹੋ ਕੇ, ਨੀਚੇ ਵੀ ਨਾ ਚਿਪਕੇ। ਇਸ ਲਈ ਆਪਾਂ ਇਸ ਨੂੰ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। ਜਦੋਂ ਦੁੱਧ ਗਾੜਾ ਹੋ ਜਾਏਗਾ ਤਾਂ ਚੌਲ ਚੰਗੀ ਤਰ੍ਹਾਂ ਪੱਕ ਜਾਣਗੇ ਅਤੇ ਖੀਰ ਬਣ ਕੇ ਤਿਆਰ ਹੈ। ਇਹ ਖੀਰ ਘਰ ਦੇ ਵਿੱਚ ਸਭ ਨੂੰ ਬਹੁਤ ਹੀ ਪਸੰਦ ਆਏਗੀ। ਹੁਣ ਚੌਲ ਪੱਕ ਚੁੱਕੇ ਨੇ, ਟੇਸਟੀ ਖੀਰ ਬਣ ਕੇ ਤਿਆਰ ਹੈ। ਖੀਰ ਨੂੰ ਸਰਵ ਕਰ ਲਵਾਂਗੇ। ਖੀਰ ਨੂੰ ਸਰਵ ਕਰ ਲਵਾਂਗੇ। ਮਿੱਠਾ ਆਪਾਂ ਜਿੰਨਾ ਕੁ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਪਾਵਾਂਗੇ ਖੀਰ ਦੇ ਵਿੱਚ। ਇਹ ਖੀਰ ਨੂੰ ਆਪਾਂ ਗਰਮ ਗਰਮ ਵੀ ਖਾ ਸਕਦੇ ਹਾਂ ਅਤੇ ਠੰਡੀ ਕਰਕੇ ਤਾਂ ਹੋਰ ਵੀ ਟੇਸਟੀ ਲੱਗੇਗੀ। ਇਸ ਦੇ ਵਿੱਚ ਆਪਾਂ ਕੁਝ ਥੋੜ੍ਹੇ ਜਿਹੇ ਡਰਾਈ ਫਰੂਟ ਪਾਵਾਂਗੇ। ਖੀਰ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਏਗੀ, ਪਰ ਜੇਕਰ ਤੁਸੀਂ ਇਸ ਤਰੀਕੇ ਦੀ ਖੀਰ ਹਜੇ ਤੱਕ ਨਹੀਂ ਬਣਾ ਕੇ ਖਾਧੀ ਤਾਂ ਤੁਸੀਂ ਬਣਾ ਕੇ ਦੇਖਿਓ ਜੀ, ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਟੇਸਟੀ ਖੀਰ ਬਣ ਕੇ ਤਿਆਰ ਹੈ। ਆਪਾਂ ਇਸ ਨੂੰ ਇਸ ਤਰੀਕੇ ਨਾਲ ਵੀ ਖਾ ਸਕਦੇ ਹਾਂ ਅਤੇ ਇਸ ਨੂੰ ਠੰਡੀ ਕਰਕੇ ਵੀ ਖਾ ਸਕਦੇ ਹਾਂ। ਦੋਵਾਂ ਤਰ੍ਹਾਂ ਹੀ ਇਹ ਖੀਰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਜਦੋਂ ਵੀ ਆਪਣਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਖੀਰ ਬਣਾ ਕੇ ਖਾ ਸਕਦੇ ਹਾਂ। ਇਹ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ। ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ 'ਤੇ ਜਾ ਕੇ ਆਲ ਕਰ ਦਿਓ ਜੀ, ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।